ਚੰਗਾ ਹੋਇਆ ਨਾ ਡੈਡੀ ਜੀ ਆਉਣ ਨੂੰ ਮੰਨ ਗਏ, ਨਹੀਂ ਤਾਂ ਮੈਨੂੰ ਤਾਂ ਲੱਗਾ ਸੀ ਸਾਡੇ ਵਿਆਹ ਵਾਂਗੂ ਭੋਲਾ ਤੇ ਰੱਜੋ ਵੀ ਡੈਡੀ ਦੇ ਆਸ਼ੀਰਵਾਦ ਤੋਂ ਵਾਂਝੇ ਹੀ ਰਹਿ ਜਾਣਗੇ। ਹੋਰ ਕੀ, ਮੇਰੇ ਨਾਲ ਤਾਂ ਭੋਲਾ ਚੰਗਾ ਜਿਹਨੂੰ ਰੱਜੋ ਮਿਲ ਗਈ। ਰਾਜਵੀਰ ਮਜ਼ਾਕ ਕਰਦਾ ਯਾਰ। ਸਰਦਾਰ ਜੀ ਅਤੇ ਸਰੇ ਆਮ ਧੋਖਾ, ਤੁਸੀਂ ਤਾਂ ਕਹਿੰਦੇ ਸੀ ਸਿਰਫ ਮੰਗਣਾ ਹੀ ਆ, ਇਹ ਤਾਂ ਕਹਿੰਦੇ ਸ਼ਾਮ ਨੂੰ ਡੋਲੀ ਵੀ ਤੋਰਨੀ ਆ। ਉਹ ਡੋਲੀ ਸ਼ਾਮ ਨੂੰ ਇਹ ਤੋਰੀ ਦੀ ਆ, ਹੋਰ ਸਿਖਰ ਦੁਪਹਿਰੇ ਕੌਣ ਤੋੜਦਾ ਹੁੰਦਾ? ਮੈਨੂੰ ਨੀ ਦੇਖਿਆ ਜਾ ਰਿਹਾ ਰਾਜ, ਤਾਂ ਤੈਨੂੰ ਸਾਰਾ ਕੁਝ ਦਿਖਦਾ ਸੀ, ਹੁਣ ਕੀ ਤੇਰੀਆਂ ਅੱਖਾਂ ਚਿੱਟਾ ਮੋਤੀਆ ਉਤਰਿਆ? ਜਿਹਦੇ ਦੀਦਿਆਂ ਨੂੰ ਉਹਦੀ ਮਸ਼ਹੂਰ ਕਿਸੇ ਗੈਰ ਦੀ ਉਂਗਲ ਦੇ ਵਿੱਚ ਛਾਪ ਆਉਂਦੀ ਦੇਖਣੀ ਪੈ ਜੇ, ਉਹਦੇ ਲਈ ਤਾਂ ਚਿੱਟਾ ਮੋਤੀਆ ਵੀ ਕਾਲੇ ਮੋਤੀ ਤੋਂ ਵੱਧ ਹੁੰਦਾ। ਬਿੱਟੂ ਬੇਟੇ, ਜੱਗੋਂ ਤੇਰਵੀਂ ਤੇਰੇ ਕੱਲੇ ਨਾਲ ਨੀ ਹੋਈ, ਦੁਨੀਆਂ ਦੇ 80% ਆਸ਼ਕਾਂ ਨਾਲ ਹੁਣ ਤੱਕ ਇਹੀ ਕਲੋਲਾਂ ਹੁੰਦੀਆਂ ਆਈਆਂ ਨੇ, ਆਂਡੇ ਕਿਤੇ ਤੇ ਕੁੜ ਕੁੜ ਕਿਤੇ। ਇਹ ਆਂਡੇ ਦੇਖਣ ਤੋਂ ਪਹਿਲਾਂ ਮੇਰੇ ਆਂਡੇ ਫੁੱਟ ਕਿਉਂ ਨਹੀਂ ਗਏ? ਇਦੋਂ ਪਹਿਲਾਂ ਮੈਂ ਤੇਰੇ ਆਂਡਿਆਂ ਦਾ ਆਮਲੇਟ ਬਣਾਵਾਂ। ਜੱਜਾ ਤੂੰ ਚਲਾਂ ਦਾ, ਮੈਂ ਚਲਾ ਵੀ ਜਾਣਾ ਸੀ ਜੇ ਕਿਤੇ ਰੱਜੂ ਨੂੰ ਆਖਰੀ ਵਾਰੀ ਬੋਟੀ ਬਾੜੀ ਨਾ ਦੇਖਣਾ ਹੁੰਦਾ। ਜੇ ਤੇਰਾ ਜ਼ਿਆਦਾ ਹੀ ਦਿਲ ਘਟਦਾ, ਨੈਣ ਦੀ ਥਾਂ ਤੇ ਤੈਨੂੰ ਨਾਲ ਹੀ ਨਾ ਭੇਜਦੇ ਡੋਲੀ ਦੇ। ਨਾਲੇ ਕਹਿੰਦੇ ਜਨਾਨੀ ਜਾਂਦੀ ਹੁੰਦੀ ਹੈ। ਤੇਰੀ ਮਾਂ ਵੀ ਜਨਾਨੀ ਸੀ ਜਿਹੜੀ ਰਾਜਵੀਰ ਦੀ ਮਾਂ ਨਾਲ ਆਈ ਸੀ ਡੋਲੀ ਵੇਲੇ, ਆਪ ਤਾਂ ਚਲੀ ਗਈ, ਜਾਂਦੀ ਹੋਈ ਮੇਰੇ ਗਲ ਚ ਪਾ ਕੇ ਮਰਿਆ ਹੋਇਆ ਸੱਪ। ਹੁਣ ਤੁਸੀਂ ਮੈਨੂੰ ਸੱਪ ਕਿਹਾ ਨਾ, ਹੁਣ ਇਹ ਸੱਪ ਦਾ ਜ਼ਹਿਰ ਦੇਖਿਓ। ਉਹ ਜਾ ਸੋਲਾ ਮਿੱਟੀ ਖਾਣਾ ਜਿਹਾ। ਸਤਿ ਸ਼੍ਰੀ ਅਕਾਲ ਸਰਦਾਰ ਜੀ। ਤੂੰ ਫੇਰ ਆ ਗਿਆ? ਮੈਂ ਨੀ ਆਇਆ, ਮੈਨੂੰ ਲੱਖਾ ਲੈ ਕੇ ਆਇਆ। ਮੈਂ ਤਾਂ ਆਪਣੇ ਕੰਮ ਆਇਆ ਸਰਦਾਰ ਜੀ, ਮੈਂ ਤਾਂ ਮਾਫ਼ੀ ਮੰਗਣ ਆਇਆ। ਭਾਵੇਂ ਇਹ ਬੱਚਾ ਹੈ ਤਾਂ ਮੇਰਾ, ਪਰ ਕੁਛ ਦਿਨਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਬੱਚਾ ਪਰਵਰਿਸ਼ ਕਰਨ ਵਾਲੇ ਦਾ ਹੁੰਦਾ, ਨਾ ਕਿ ਸਿਰਫ ਜਨਮ ਦੇਣ ਵਾਲੇ ਦਾ। ਮੈਂ ਇਹਦੀ ਫਿਲਮਾਂ ਤੋਂ ਆਉਣ ਵਾਲੀ ਕਮਾਈ ਦੇ ਲਾਲਚ ਵਿੱਚ ਆ ਗਿਆ ਸੀ, ਪਰ ਆਪਣੀ ਮਾਸੀ ਲਈ ਦਿਨ ਰਾਤ ਬਿਲਕਦਾ ਬਿੰਨੂ ਮੈਂ ਤੋਂ ਵੇਖਿਆ ਨਹੀਂ ਗਿਆ। ਇਸ ਕਰਕੇ ਮੈਂ ਬਿੰਨੂ ਨੂੰ ਉਹਦੀ ਮਾਸੀ ਦੀ ਝੋਲੀ ਦੇ ਵਿੱਚ ਪਾਉਣਾ ਹੈ ਜੀ। ਓਏ ਕਮਲਿਆ, ਮਾਸੀ ਦਾ ਤਾਂ ਮਤਲਬ ਵੀ ਇਹ ਹੁੰਦਾ ਮਾਂ ਜੈਸੀ। ਜਦੋਂ ਹੁਣ ਬਿੰਨੂ ਦੀ ਮਾਂ ਹੀ ਨਹੀਂ, ਫਿਰ ਉਹਦੀ ਮਾਸੀ ਮਾਂ ਹੋਈ ਨਾ। ਨਾਲੇ ਅੱਜ ਦੇ ਦਿਨ ਇਸ ਤੋਂ ਵੱਡੀ ਰੱਜੋ ਲਈ ਕੀ ਖੁਸ਼ੀ ਹੋਏਗੀ ਕਿ ਤੂੰ ਬੱਚਾ ਉਹਦੀ ਝੋਲੀ ਪਾ ਰਿਹਾ। ਯੂ ਨੋ ਕਿ ਤੂੰ ਬਲਵੰਤ ਸਿੰਘ ਪੂਨੀਆ ਦੇ ਘਰ ਦਾ ਚਿਰਾਗ ਬਣ ਕੇ ਇਸ ਘਰ ਵਿੱਚ ਖੁਸ਼ੀਆਂ ਲੈ ਕੇ ਆਇਆ ਸੀ, ਭਾਵੇਂ ਝੂਠੀਆਂ ਹੀ ਸਹੀ, ਪਰ ਤੇਰੇ ਵੱਲੋਂ ਦਿੱਤੀ ਖੁਸ਼ੀ ਬਲਵੰਤ ਸਿੰਘ ਪੂਨੀਆ ਨੂੰ ਇੱਕ ਵਾਰੀ ਤਾਂ ਦਾਦਾ ਹੋਣ ਦਾ ਅਹਿਸਾਸ ਦਵਾ ਗਈ ਸੀ। ਸੋ ਅੱਜ ਤੋਂ ਤੇਰੇ ਸਾਰੇ ਰਹਿਣ ਸਹਿਣ ਦਾ ਖਰਚਾ, ਤੇਰੀ ਪੜ੍ਹਾਈ ਲਿਖਾਈ ਦਾ ਖਰਚਾ, ਤੇਰਾ ਇਹ ਮੂੰਹ ਬੋਲਿਆ ਦਾਦਾ ਕਰਨ ਦਾ ਅੱਜ ਐਲਾਨ ਕਰਦਾ। ਇਹ ਤਾਂ ਹਲੇ ਬੋਲਣ ਵੀ ਨਹੀਂ ਲੱਗਿਆ, ਇਹਨੇ ਕਿਹੜੇ ਵੇਲੇ ਕਹਿਤਾ ਮੂੰਹ ਬੋਲਿਆ ਦਾਦਾ? ਐਵੇਂ ਐਲਾਨ ਕਰੀ ਜਾਂਦੇ ਹੋ ਸੁੱਕੇ ਬਜੇ ਤੂੰ ਚਲ ਰਹਿਣ ਦੇ। ਮੈਂ ਚਲਾ ਵੀ ਜਾਣਾ ਸੀ ਜੇ ਕਿਤੇ ਰੱਜੋ ਦੀ ਰੀਬ ਨਾਲੀ ਕਾਰ ਤੋਂ ਪੈਸੇ ਨਾਲ ਲੁੱਟਣੇ ਹੁੰਦੇ। ਫੱਟੇ ਮੂੰਹ ਤੇਰੇ।